बिस्मिल्लाहिर्रहमानिर्रहीम अस्सलाम वालेकुम। जिवें कि तुसीं मैनूं थोड़ा थोड़ा जाणदे हो, मैं दिलावर सैन ते असीं जाणा सी अज सैकल टूर ते सुबह सुबह पहले करने नाश्ता ते फिर निकलने तैयारी करके। नाश्ते दे विच जी आंडे चने, मज्जां दे पावे के कट्टियां दे ते हलवा, ते चने वाले चावल, नाश्ता अस कर लिया। हम टूर से जाने तैयारियां हो रही है, अपना समान सर्टिफिकेट फुट करवा ला असद, अपना मैं अपना हेलमेट हेलमेट लवाना थी लवा लिया, तो तू तेरे भी लगे या लगन आला? लगन आला यार, लगन आला तो लवा जल्दी करके, हेलमेट देख के भी ना तोड़ दो। ओके स्टैंड बोतल वाला भाई अजमत लाके आ गया, चाय ते चाह पी के हुण निकलिए स्पीडो स्पीड। चाय पी रही है, चाय पी के निकलिए 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 जल्दी जल्दी। जहेब कर दी काठियां दी फिटिंग यार, सीट भी कस दे यार, तेन एक ही चीज कहनी पैदी यार। कोई मसला नहीं भाई, चलो मेरे साइकिल दी सीट लाने भाई अजमत, सीट फिट करके ते हुण तैयारियां मुकम्मल। भाई अजमत पैडल अच्छे ने इन्हां दे, ठीक ने ही होंगे, प्लास्टिक नहीं है। रख लो सिर वड्डा जा हेलमेट छोटा सिर छोटा बड़ा औखा जहा सही होया, मैं कल टुट जाएगा मेरा हेलमेट, ये वड्डा नहीं सी हो रहा खुला अगली बार एडजस्ट करोगे तो आपके करो ना, मैं हूं बार बार ककरी नहीं है, एक बार कर दो बस दोबारा, मैं ये छेड़ना नहीं। हां लगना ना 50 साल दा चल झूठ मान ले, फिर ख्याल करया करो ऐंदा कोई पाल ना 10 साल दा फर्क नहीं पता। नहीं 80,000 रुपया लगा के भाई दिलावर कह रहे हैं जी मैं उम्र कम कर लिया, कोई हिसाब देखो 10 साल दा फर्क भी नहीं पता इतना पैसे इन्हें ला के। वो जो प्राडो मर्सिडीज लेते हैं, V8 लेते हैं, वो तो 10-10 साल के हो जाते होंगे, कलो बुढ़ा होंगे असद। हां जी 10 रुपए दवा हवा भर दो यार, पसीना खुश घोड़ दो पहले मजदूरी मिलेगी, मजदूरी दो वेखो पसीना आ गया, खुश घोड़ दो पहले दस दे मैं भर दूंगा, चेक भी कर लो सर। हां जी बस कर, पंजा दी हो गई बड़ी, दसा दी पूरी है, सारे रेडी हो गए, चलो हम की मूड है चलिए। पता तो तुम लग गया होना भी कौन कौन चला टूर से। अल्लाह के हुक्म नाल असीं बीडी रोड से चढ़ गए,
ਉਹ ਬੰਦੇ ਪੁੱਛਦੇ ਸਨ ਵੀ ਨਾਲ ਤੁਹਾਡੇ ਦੋ ਬੜੇ ਸੁੱਕੇ ਸਿੰਗਲ ਪਤਲੀ ਨੇ ਇਹ ਪਹੁੰਚ ਜਾਣਗੇ ਮੇਰੀ ਅੱਛਾ ਮੈਂ ਕਿਹਾ ਇਹ ਸਾਡੇ ਸੀਨੀਅਰ ਦੇ ਅੱਗੇ ਹੋ ਕੇ ਕਹਿਣਾ ਸੀ ਉੱਥੇ ਗਏ ਸਨ ਤਾਂ ਹੀ ਹਾਲ ਹੋ ਗਿਆ ਚਲੋ ਨਿਕਲੋ ਖਲੋ ਗਏ ਯਾਰ ਇਹ ਜੇ 10 ਕਿਲੋਮੀਟਰ ਸਫ਼ਰ ਨਹੀਂ ਕੀਤਾ ਪਹਿਲੇ ਖਲੋ ਗਏ ਨੇ ਆਸ ਪਾਸ ਤਾਂ ਤੋਰੀ ਪੂਰੀ ਸਪੀਡ ਤਾਂ ਤੋਰੀ ਚਲੋ ਅੱਛਾ ਉਹ ਪਾਪਾ ਨੇ ਜਾ ਕੇ ਨੀ ਬੋਲੀ ਚਲਾਉਣੀ ਲਾਈਨ ਦੇ ਨਾਲ ਨਾਲ ਲਾਈਨ ਦੇ ਨਾਲ ਨਾਲ ਚਲਾਉਣੀ ਮਤਲਬ ਸਾਰਿਆਂ ਨੇ ਥੋੜਾ ਥੋੜਾ ਸਫ਼ਰ ਕੀਤਾ ਸਾਹ ਚੜ੍ਹ ਕੇ ਸਾਰਿਆਂ ਨੂੰ ਤੂੰ ਪਿੱਛੇ ਬਰਾਬਰ ਲੱਗੇ ਤੁਹਾਨੂੰ ਮੈਨੂੰ ਕਿਹਾ ਸੀ ਅੱਗੇ ਚੱਲ ਕੇ ਰੋਕਣੇ ਆ ਅੱਜ ਤਾਂ ਕਾਫੀ ਟੰਗ ਰਹੀ ਹੈ ਲੋ ਜੀ 15-20 ਕਿਲੋਮੀਟਰ ਸਫ਼ਰ ਕਰਕੇ ਤਕਰੀਬਨ ਅਸੀਂ ਪਹਿਲਾਂ ਸਟਾਪ ਕੀਤਾ ਤੇ ਇੱਥੇ ਪਾਣੀ ਸ਼ਾਣੀ ਪੀ ਕੇ ਫਿਰ ਚੱਲਦੇ ਹਾਂ ਅੱਗੇ ਇਹ ਹਲਕਾ ਫੁਲਕਾ ਹੈ ਪੰਜ ਬੰਦੇ ਆ ਦੋ ਪਲੇਟਾਂ ਸੈਲਨ ਹਲਕਾ ਫੁਲਕਾ ਹੀ ਆ ਹੋਰ ਕੀ ਹੈ ਨਾਲੇ ਸਬਸਕ੍ਰਾਈਬਰ ਨੂੰ ਆਹੀ ਦੱਸਣਾ ਨਾ ਅਸੀਂ ਬਹੁਤਾ ਨਹੀਂ ਖਾਂਦੇ ਅੱਛਾ ਬਹੁਤਾ ਨਹੀਂ ਖਾਂਦੇ ਆਹ ਜੇ 20 ਕਿਲੋਮੀਟਰ ਸਫ਼ਰ ਕੀਤਾ ਨਾ ਤੇ ਆ ਮਗਰਾਂ ਰੋਟੀਆਂ ਦੇ ਨਾਲ ਦਾਲ ਤੇ ਨਾਲ ਸਬਜ਼ੀ ਤੇ ਸਲਾਦ ਤੇ ਨਾਲ ਰਾਇਤਾ ਤੇ ਹਲੇ ਇਹਨਾਂ ਦਾ ਹਲਕਾ ਫੁਲਕਾ ਅਲਹਮਦੁਲਿਲਾ ਜੀ ਭਾਈ ਆ ਯਾਰ ਆ ਬੋਤਲ 1/2 ਕਿਲੋ ਵਜ਼ਨ ਹੋਰ ਵੱਧ ਗਿਆ ਵੀ ਟੰਗਦੀ ਮੇਰੇ ਸਾਈਕਲ ਤੇ ਖਾਣਾ ਹਲਕਾ ਫੁਲਕਾ ਖਾ ਰਿਹਾ ਤੇ ਹੁਣ ਨਿਕਲਦੇ ਆ ਅੱਗੇ ਨੂੰ ਚਲਾ ਚੱਲ ਟ੍ਰੇਨਾਂ ਆਹਮਣੇ ਸਾਹਮਣੇ ਆ ਰਹੀ ਇੱਕ ਰੋਗੀ ਤੇ ਕ੍ਰਾਸ ਹੋ ਰਹੀ ਭਾਈ ਅਦਮਤ ਉਹ ਸਾਰਿਆਂ ਤੋਂ ਆਖਰੀ ਟੱਪੇ ਦੇ ਬਹੁਤੇ ਖੱਡੇ ਲੱਗਦੇ ਹੋਣੇ ਨੇ ਕਿੰਨਾ ਅੱਗੇ ਜਿੱਥੇ ਆਪਾਂ ਰੁਕੇ ਆ ਹੁਣ ਅਸੀਂ ਪੀ ਰਹੇ ਹਾਂ ਗੰਨਿਆਂ ਦੀ ਰੋ ਇਹ ਕਰਦੀ ਸੀਨੇ ਨੂੰ ਠੰਡਾ ਤੇ ਫਿਰ ਬੰਦਾ ਚਲਾਉਂਦਾ ਸਾਈਕਲ ਜ਼ੋਰ ਲਗਾ ਕੇ ਆਹ ਦੇਖੋ ਪੈਸੇ ਜੁਗੜਾ ਇਹਨੇ ਕੈਸਾ ਸਿਸਟਮ ਬਣਾਇਆ ਸਿਆਲਕੋਟ ਨੀਲਮ ਸਾਈਕਲਾਂ ਦੇ ਯੂਟਿਊਬ ਦੇ ਚੈਨਲ ਨੇ ਸਾਰੇ ਮੁੰਡਿਆਂ ਦੇ ਦਰਮਿਆਨ ਚ ਇੱਕ ਹੋਟਲ ਏ ਉੱਥੇ ਹੋਟਲ ਤੇ ਰੁਕੇ ਆ ਅਸੀਂ ਹੁਣ ਕੋਈ ਹਲਕਾ ਫੁਲਕਾ ਖਾਣੇ ਪੀਨੇ ਆ ਤੇ ਫੇਰ ਅੱਗੇ ਚੱਲਨੇ ਭਾਈ ਅਦਮਤ ਪਿੱਛੇ ਆ ਗਏ ਸਨ ਉਹ ਦੇਖੋ ਆ ਰਹੇ ਹਰ ਵਾਰੀ ਯਾਰ ਅਦਮਤ ਹੀ ਪਿੱਛੇ ਰਹਿੰਦਾ ਅਦਮਤ ਮਿਲੇ ਨੀ ਪਿੱਛੇ ਸ਼ੀਸ਼ਾ ਦੇਖੋ ਫਿਰ ਲੱਭੇਗਾ ਅੱਛਾ ਸ਼ੀਸ਼ਾ ਦੇਖੋਗੇ ਨਾ ਉਹ ਕਮਰੇ ਹੋਟਲ ਚ ਸ਼ੀਸ਼ਾ ਲੱਗਾ ਹੋਣਾ ਸ਼ੀਸ਼ਾ ਦੇਖੋਗੇ ਤੁਹਾਨੂੰ ਭੁਲੇਖਾ ਲੱਗ ਰਿਹਾ ਨਾ ਉਹ ਤਾਂ ਮਿੱਟੀ ਪਈ ਸੀ ਤੁਹਾਨੂੰ ਪਤਾ ਨੀ ਲੱਗਿਆ ਵੀ ਅਦਮਤ ਕੋਈ ਹੋਰ ਪਿੱਛੇ ਢੂੰਡਣ ਡਿਆ ਅਦਮਤ ਖਿਲਾ ਖਾਣੇ ਵਿੱਚ ਆ ਗਈ ਸਬਜ਼ੀ ਦਾਲ ਰੋਟੀਆਂ ਲੱਸੀ ਨਾਲ ਗੰਡਿਆਂ ਦਾ ਸਲਾਦ ਖਾਣਾ ਖਾ ਕੇ ਹੁਣ ਅਸੀਂ ਚਾਹ ਪੀਣ ਲੱਗੇ ਹਾਂ ਅਤੇ ਚਾਹ ਬਣਾਈਏ ਸਪੈਸ਼ਲ ਡਰਾਈਵਰਾਂ ਵਾਲੇ ਚਲੋ ਜੀ ਮੇਰੇ ਦੋਸਤ ਮਿਲੇ ਰਸਤੇ ਵਿੱਚ ਇਹਨਾਂ ਨੂੰ ਕੱਲਾ ਵੀ ਨੀਲਾ ਮਾਰੀਦਾ ਵੇਖੋ ਜੀ ਮੰਜ਼ਰ ਵੇਖੋ ਆਹ ਵੇਖੋ ਕਿਹੜਾ ਪਿਆਰਾ ਫੁਹਾਰਾ ਦੇ ਕੈਸਾ ਚੱਲ ਰਿਹਾ ਜੇਹਲਮ ਟੂਲ ਪਲਾਜ਼ਾ ਨੈਸ਼ਨਲ ਹਾਈਵੇ 'ਤੇ ਅਸੀਂ ਪਹੁੰਚ ਗਏ ਲਓ ਜੀ ਜੇਹਲਮ ਤੋਂ ਥੋੜ੍ਹਾ ਜਿਹਾ ਅੱਗੇ ਆ ਗਿਆ ਦੀਨਾ ਤਕਰੀਬਨ ਰਹਿ ਗਿਆ ਇੱਥੋਂ 15 ਕਿਲੋਮੀਟਰ ਅਤੇ ਦੀਨੇ ਜਾ ਕੇ ਕਰਾਂਗੇ ਰੈਸਟ ਲਓ ਜੀ ਸਫ਼ਰ ਰਹਿ ਗਿਆ ਸਾਡਾ ਅੱਜ ਦਾ ਸਿਰਫ 6 ਕਿਲੋਮੀਟਰ ਅਤੇ ਰਾਵਲ ਪਿੰਡੀ ਰਹਿ ਗਈ 97 ਕਿਲੋਮੀਟਰ ਅੱਲਾ ਦੇ ਹੁਕਮ ਨਾਲ 15-20 ਮਿੰਟਾਂ 'ਚ ਅਸੀਂ ਦੀਨਾ ਪਹੁੰਚ ਕੇ ਫਿਰ ਕਰਾਂਗੇ ਸਟੇ ਤੋ ਲਓ ਜੀ ਦੀਨੇ ਸ਼ਹਿਰ ਪਹੁੰਚਦੇ ਹਾਂ ਬਹੁਤ ਅੱਛੇ ਦੋਸਤ ਮਿਲੇ ਨੇ ਅਤੇ ਇਹਨਾਂ ਨੇ ਬੜਾ ਨਾ ਪਿਆਰ ਦਿੱਤਾ
और मजे की गल कि इन्होंने चाय बहुत प्यारी लैंदी है, उस तो ज्यादा प्यार दिता है। चलो जी चाह शाह पी के हूँ आ गया होटल के कोल, तो कमरे का पता करने हैं, कमरे का पता करके करने फिर रेस्ट। तो अज इन्होंने मैं रात थकाया बड़ा है, गेयर के बारे में भी दसा मैंने, उन्होंने गेयर चेंज करिए तो सैकल हौली चलती। चलो जी साढ़े एक दोस्त आए तो बहुत अच्छे, और जी जी क्या हाल है तो अल्लाह का शुक्र तुसी सुनाओ। वेलकम टू दीना हो गया सरकार, मैं तो नाव कार चा पानी करके बहुत शुक्रिया। दोस्त मिले उन्होंने इसी तरह मतलब जो है ना जबरदस्ती चाय शाय पिलाई और हैवी करके। चलो जी जेड़ा कमरा असि लिया कमरे च गए असि पहुंच, तो हुण करदे आं आराम। तो यह सी साडा अज दा व्लॉग, नाले मेरे लाडला जट व्लॉग चैनल नूं सबसक्राइब कर लो, तो अगली वीडियो तक दवो इजाजत। अल्लाह हाफिज़।